ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਣਾ ਆਪਣਾ ਮਨ ਜੋੜਨਾ ਕਰੋ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ। ਧੰਨ 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 ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਅਤੇ ਜਿਨ੍ਹਾਂ ਦੇ ਲੜ ਲਾ ਗਏ ਹਨ ਕਲਗੀਆਂ ਵਾਲੇ ਬਾਜਾਂ ਵਾਲੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਜੇ ਮਨ ਜੁੜ ਗਿਆ ਦੁਨੀਆਂ ਦੇ ਵਿੱਚ ਆਏ ਹਾਂ, ਕੁਝ ਖੱਟ ਕੇ ਲੈ ਜਾਵਾਂਗੇ, ਸੇਵਾ ਕਰਕੇ, ਸਿਮਰਨ ਕਰਕੇ, ਬੰਦਗੀ ਕਰਕੇ, ਗੁਰਦੁਆਰਾ ਸਾਹਿਬ ਜਾ ਕੇ ਸੰਗਤ ਦੀ ਸੇਵਾ ਕਰਕੇ, ਗੁਰੂ ਸਾਹਿਬ ਜੀ ਦੀ ਸੇਵਾ ਕਰਕੇ ਜੀਵਨ ਸਫਲਾ ਹੋ ਜਾਵੇਗਾ। ਕਿਉਂਕਿ ਗੁਰੂ ਘਰ ਦੀ ਸੇਵਾ ਸਫਲ ਹੋ ਜਾਂਦੀ ਹੈ ਕੀਤੀ ਹੋਈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਗੁਰੂ ਦੀ ਸੇਵਾ ਦੁਆਰਾ ਸੁਖ ਪੈਦਾ ਹੋ ਜਾਂਦੇ ਹਨ, ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ। ਪਿਆਰਿਓ, ਮਨ ਨੂੰ ਜੋੜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਮਨ ਜੁੜ ਗਿਆ, ਆ 5-6-7 ਫੁੱਟ ਦਾ ਸਰੀਰ ਜਿਹੜਾ ਹੈ ਇਹਨੂੰ ਕਰਮ ਇੰਦਰੀਆਂ ਲੱਗੀਆਂ ਹੋਈਆਂ ਹਨ, ਇਹ ਸਾਰੀਆਂ ਸ਼ੁਭ ਕਰਮ ਕਰਨ ਲੱਗ ਪੈਣਗੀਆਂ। ਦੁਨੀਆਂ ਤੇ ਆਪੋ ਆਪਣੇ ਕਰਮ ਹਨ, ਜਿਵੇਂ ਜਿਵੇਂ ਕੋਈ ਕਰਮ ਕਰਦਾ ਹੈ, ਬੀਜ ਬੀਜਦਾ ਹੈ, ਜਿਵੇਂ ਜਿਵੇਂ ਉਮਰ ਮੁੱਕਦੀ ਜਾਂਦੀ ਹੈ, ਉਹ ਸਾਰੇ ਬੀਜੇ ਹੋਏ ਬੀਜ ਵੱਡੇ ਹੋ ਜਾਂਦੇ ਹਨ, ਖਲੋ ਜਾਂਦੇ ਹਨ। ਜੋ ਬੀਜੈ ਸੋ ਉੱਗਵੈ। ਮੂੰਹ ਨਾਲ ਕਿਸੇ ਨੂੰ ਮਾੜਾ ਵੀ ਕਿਹਾ ਹੋਵੇ ਉਹ ਵੀ ਉੱਗ ਪੈਂਦਾ ਹੈ। ਸਤਿਗੁਰੂ ਜੀ ਹੁਕਮ ਕਰਦੇ ਹਨ, ਚਿੰਤਾ ਨਾ ਕਰਿਆ ਕਰ, ਨਾਮ ਜਪਿਆ ਕਰ, ਨਿਤਨੇਮ ਕਰਿਆ ਕਰ, ਗੁਰਬਾਣੀ ਪੜਿਆ ਕਰ। ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗ ਮਹਿ ਚਾਨਣ। ਗੁਰਬਾਣੀ ਇਸ ਜਗ ਵਿੱਚ ਚਾਨਣ ਦਿੰਦੀ ਹੈ, ਨਹੀਂ ਤਾਂ ਮਨ ਤਾਂ ਠੇਡੇ ਖਾਂਦਾ ਹੈ, ਹਨੇਰੇ ਵਿੱਚ ਪਾਪ ਕੁਕਰਮ ਕਰਦਾ ਹੈ। ਇਹਨੂੰ ਇਹ ਵੀ ਨਹੀਂ ਪਤਾ ਕਿ ਪਾਪ ਕਮਾਉਂਦਿਆਂ ਕੋਈ ਬੇਲੀ ਵੀ ਨਹੀਂ ਬਣਦਾ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਐਵੇਂ ਚਿੰਤਾ ਵਿੱਚ ਪਿਆ ਰਹਿੰਦਾ ਹੈ ਕਿਵੇਂ ਗੁਜ਼ਾਰਾ ਹੋਵੇਗਾ, ਕੱਲ ਕੀ ਬਣੇਗਾ, ਬੱਚੇ ਪ੍ਰਸ਼ਾਦਾ ਕਿੱਥੋਂ ਛਕਣਗੇ। ਬੜੀਆਂ ਚਿੰਤਾਵਾਂ ਦੇ ਨਾਲ ਇਹ ਮਨ ਵੱਜਾ ਪਿਆ ਹੈ। ਹਾਲੇ ਕਿ ਸਤਿਗੁਰਾਂ ਨੇ ਹੁਕਮ ਕੀਤੇ ਹਨ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮਹਿ ਜੀ ਉਪਾਇਨ ਤਿਨਾ ਭੇਰੋ ਜੀ ਦੇ। ਜਲ ਵਿੱਚ ਜਿਹੜੇ ਜੀ ਜੰਤ ਹਨ, 42 ਲੱਖ ਜੀ ਜਲ ਮਹਿ ਹੋਤੇ, ਸਾਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਰੋਜ਼ੀ ਦੇ ਰਹੇ ਹਨ। ਰੋਜ਼ੀ ਵਾਹਿਗੁਰੂ ਜੀ ਦੇ ਹੱਥ ਹੈ, ਭੋਜਨ ਪ੍ਰਸ਼ਾਦਾ ਉਹ ਦੇਣ ਵਾਲੇ ਹਨ ਅਕਾਲ ਪੁਰਖ ਵਾਹਿਗੁਰੂ ਜੀ। ਨਾ ਰਿਜਕ ਦਸਤ ਆਂ ਕਸੇ, ਕਿਸੇ ਦੇ ਹੱਥ ਵਿੱਚ ਰਿਜਕ ਨਹੀਂ, ਵਾਹਿਗੁਰੂ ਦੇ ਹੱਥ ਵਿੱਚ ਹੈ। ਜਿਹੜੇ ਧਰਤੀ ਤੇ ਕੀੜੇ ਮਕੌੜੇ ਤੁਰੇ ਫਿਰਦੇ ਹਨ, ਵਾਹਿਗੁਰੂ ਹਵਾ ਨੂੰ ਹੁਕਮ ਕਰ ਦਿੰਦੇ ਹਨ, ਹਵਾ ਹੀ ਉਹਨਾਂ ਦਾ ਭੋਜਨ ਉਡਾ ਕੇ ਉਹਨਾਂ ਦੇ ਮੂੰਹ ਤੱਕ ਲੈ ਜਾਂਦੀ ਹੈ। ਜਿਹੜੇ ਜੀ ਚੱਲ ਵੀ ਨਹੀਂ ਸਕਦੇ, ਤੁਰ ਵੀ ਨਹੀਂ ਸਕਦੇ, ਹਵਾ ਵੀ ਹੁਕਮ ਦੇ ਵਿੱਚ ਹੈ। ਹਵਾ ਨੂੰ ਗੁਰੂ ਸਾਹਿਬ ਹੁਕਮ ਕਰਦੇ ਹਨ, ਜਦੋਂ ਹਵਾ ਦੇ ਬੁੱਲੇ ਆਉਂਦੇ ਹਨ ਉਹਨਾਂ ਦਾ ਭੋਜਨ ਵੀ
ਉੱਡਦਾ 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 ਰਿੜਦਾ ਖਿੜਦਾ ਉਹਨਾਂ ਦੇ ਮੂੰਹ ਤੱਕ ਪਹੁੰਚ ਜਾਂਦਾ ਹੈ। ਰੋਜੀ ਵਾਹਿਗੁਰੂ ਜੀ ਦੇ ਹੱਥ ਹੈ। ਜਿਹਨੂੰ ਉਪਾਈ ਮੇਦਨੀ ਸੋਈ ਕਰਦਾ ਸਾਰ, ਮੇਦਨੀ ਦੁਨੀਆਂ ਨੂੰ ਕਹਿੰਦੇ ਹਨ, ਜਿਸ ਵਾਹਿਗੁਰੂ ਜੀ ਨੇ ਦੁਨੀਆਂ ਬਣਾਈ ਹੈ ਉਹ ਆਪੇ ਸਾਰ ਕਰਦੇ ਹਨ। ਅਸੀਂ ਜਦੋਂ ਜਨਮ ਲਿਆ ਹੈ, ਜਨਮ ਤੋਂ ਪਹਿਲਾਂ ਹੀ ਪਹਿਲੋਂ ਦੇ ਤੈ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜੰਤੂ ਬਾਹ। ਜਨਮ ਸਾਡਾ ਮਗਰੋਂ ਹੋਇਆ ਹੈ, ਸਾਡਾ ਲੰਗਰ ਮਾਂ ਨੂੰ ਪਹਿਲੇ ਦੇ ਦਿੱਤਾ ਹੈ, ਦੁੱਧ ਪਹਿਲੇ ਦੇ ਦਿੱਤਾ ਹੈ। ਹਲੇ ਜਨਮ ਨਹੀਂ ਹੋਇਆ ਲੇਕਿਨ ਦੁੱਧ ਪਹਿਲੇ ਆ ਗਿਆ ਹੈ। ਸਾਡਾ ਰਿਜਕ ਪਹਿਲੇ ਵਾਹਿਗੁਰੂ ਜੀ ਨੇ ਦੇ ਕੇ ਮਗਰੋਂ ਸਾਡਾ ਜਨਮ ਹੋਇਆ ਹੈ। ਗੋਜਰੀ ਮਹੱਲਾ ਪੰਜਵਾਂ। ਰਾਗ ਗੋਜਰੀ ਹੈ। ਪੰਜਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਬਚਨ ਹਨ, ਜੋ ਆਪਾਂ ਰਹਿਰਾਸ ਸਾਹਿਬ ਜੀ ਦੇ ਵਿੱਚ ਵੀ ਪੜ੍ਹਦੇ ਹਾਂ। ਸਤਿਗੁਰ ਜੀ ਹੁਕਮ ਕਰਦੇ ਹਨ, ਆਪਾਂ ਜਿੰਨੇ ਵੀ ਦੁਨੀਆਂ ਤੇ ਜੀਵ ਹਾਂ, ਸਾਰਿਆਂ ਦੇ ਕੋਲ ਆਪੋ ਆਪਣਾ ਮਨ ਹੈ। ਕਿਸੇ ਦਾ ਮਨ ਕਿਤੇ ਲੱਗਾ ਹੋਇਆ ਹੈ, ਕਿਸੇ ਦਾ ਮਨ ਕਿਤੇ ਲੱਗਾ ਹੋਇਆ ਹੈ, ਕਿਸੇ ਦਾ ਮਨ ਕਿਤੇ ਲੱਗਾ ਹੋਇਆ ਹੈ। ਸਾਰੀ ਗੁਰਬਾਣੀ ਹੀ ਮਨ ਨੂੰ ਸਮਝਾਉਂਦੀ ਹੈ, ਮਨ ਨੂੰ ਸਮਝਾਉਣ ਵਾਸਤੇ ਹੀ ਗਿਆਨ ਪੜ੍ਹੀਦਾ ਹੈ। ਮਨ ਸਮਝਾਵਨ ਕਾਰਨੇ ਕਛੋਕ ਪੜ੍ਹੀਏ ਗਿਆਨ। ਗੁਰਬਾਣੀ ਨੂੰ ਵੀ ਤਾਂ ਹੀ ਉਹ ਪੜ੍ਹੀਦਾ ਹੈ, ਮਨ ਨੂੰ ਕੋਈ ਸਮਝ ਪੈ ਜਾਵੇ, ਮਨ ਨੂੰ ਕੋਈ ਗਿਆਨ ਮਿਲ ਜਾਵੇ। ਸਤਿਗੁਰੂ ਜੀ ਹੁਕਮ ਕਰਦੇ ਹਨ, ਨਾ ਚਿੰਤਾ ਕਰਿਆ ਕਰ, ਨਾ ਕਰ ਚਿੰਤ। ਚਿੰਤਾ ਹੈ ਕਰਤੇ ਵਾਹਿਗੁਰੂ ਜੀ ਨੂੰ, ਕਰਤਾ ਪੁਰਖ ਵਾਹਿਗੁਰੂ ਜੀ ਨੇ, ਜਿਸ ਨੇ ਐ ਮਨਾ ਤੈਨੂੰ ਬਣਾਇਆ ਹੈ, ਉਸ ਵਾਹਿਗੁਰੂ ਜੀ ਨੂੰ ਤੇਰੀ ਚਿੰਤਾ ਹੈ। ਤੂੰ ਕਿਉਂ ਚਿੰਤਾ ਕਰਦਾ ਹੈ, ਕਿਉਂ ਫਿਕਰ ਕਰਦਾ ਹੈ, ਕਿਉਂ ਚਿੰਤਾ ਦੀ ਅੱਗ ਵਿੱਚ ਸੜ ਰਿਹਾ ਹੈ। ਐ ਮਨਾ ਚਿੰਤਾ ਚਿਖਾ ਹੈ, ਜਿਵੇਂ ਚਿਖਾ ਤੇ ਇੱਕਦਮ ਬੰਦਾ ਜਲ ਜਾਂਦਾ ਹੈ। ਮਨਾ ਕਿਉਂ ਤੂੰ ਹੌਲੀ ਹੌਲੀ ਰੋਜ਼ ਚਿੰਤਾ ਵਿੱਚ ਪਿਆ ਰਹਿਣਾ ਹੈ, ਜਲਦਾ ਰਹਿਣਾ ਹੈ। ਉਦਮ ਕਰ, ਜਿੰਨੀ ਤੇਰੇ ਸਰੀਰ ਦੇ ਵਿੱਚ ਵਾਹਿਗੁਰੂ ਜੀ ਨੇ ਸ਼ਕਤੀ ਦਿੱਤੀ ਹੈ, ਬਲ ਦਿੱਤਾ ਹੈ, ਤੂੰ ਉਦਮ ਕਰ। ਜਿਹੜਾ ਬੰਦਾ ਉਦਮ ਕਰਦਾ ਹੈ, ਉਹਦੇ ਘਰ ਵਿੱਚ ਅੰਨ ਦੀ ਤੋਟ ਨਹੀਂ ਆਉਂਦੀ, ਪ੍ਰਸ਼ਾਦਾ ਨਹੀਂ ਮੁੱਕਦਾ ਉਹਦੇ ਘਰੋਂ। ਹੁਕਮ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ, ਉਦੋ ਸਾਹਿ ਕਿਆ ਨਿਸਾਨੀ। ਉਦਮ ਵਾਲੇ ਬੰਦੀਆਂ ਦੀ ਕੀ ਨਿਸ਼ਾਨੀ ਹੈ? ਤੋਟ ਨਾ ਆਵੇ ਅੰਨੀ, ਉਹਨਾਂ ਦੇ ਘਰ ਵਿੱਚ ਅੰਨ ਦੀ ਤੋਟ ਨਹੀਂ ਆਉਂਦੀ, ਪੈਸਾ ਧੇਲਾ ਨਹੀਂ ਮੁੱਕਦਾ ਜੋ ਉਦਮ ਕਰਦੇ ਹਨ। ਜਿਹੜੇ ਉਦਮ ਨਹੀਂ ਕਰਦੇ, ਆਲਸੀ ਹੋਏ ਰਹਿੰਦੇ ਹਨ, ਉਹ ਕੰਗਾਲ ਹੋ ਜਾਂਦੇ ਹਨ। ਸਤਿਗੁਰੂ ਜੀ ਨੇ ਫਰਮਾਇਆ ਹੈ, ਉਦੋ ਸਾਹਿ ਕਿਆ ਨਿਸ਼ਾਨੀ, ਕੀ ਨਿਸ਼ਾਨੀ ਹੈ ਉਦਮ ਵਾਲਿਆਂ ਦੀ? ਉਹਨਾਂ ਦੇ ਘਰੋਂ ਕੋਈ ਆ ਕੇ ਪ੍ਰਸ਼ਾਦਾ ਛਕ ਸਕਦਾ ਹੈ, ਆਪ ਵੀ ਉਹ ਛਕਦੇ ਹਨ ਬੜੇ ਪ੍ਰੇਮ ਨਾਲ, ਕੋਈ ਘਾਟਾ ਨਹੀਂ ਰਹਿੰਦਾ ਅੰਨ ਦਾ ਨਾ ਧਨ ਦਾ। ਉਦੋ ਸਾਹਿ ਕਿਆ ਨਿਸ਼ਾਨੀ, ਕੀ ਨਿਸ਼ਾਨੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ, ਤੋਟ ਨ ਆਵੇ ਅੰਨੀ, ਅੰਨੀ ਅੰਨ ਦੀ ਤੋਟ ਨਹੀਂ ਆਉਂਦੀ, ਦਾਣਾ ਪਾਣੀ ਭਰਪੂਰ ਰਹਿੰਦਾ ਹੈ, ਭੰਡਾਰ ਭਰਿਆ ਰਹਿੰਦਾ ਹੈ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਵਾਹਿਗੁਰੂ ਪਤਾ ਨਹੀਂ ਕਿੱਥੋਂ ਦਿੰਦੇ ਰਹਿੰਦੇ ਹਨ, ਕਿੱਥੋਂ ਆਉਂਦਾ ਰਹਿੰਦਾ ਹੈ। ਬੰਦਿਆ ਤੂੰ ਚਿੰਤਾ ਨਾ ਕਰ। ਰਹਿਰਾਸ ਸਾਹਿਬ ਰੋਜ਼ ਪੜ੍ਹਦਾ ਹੈ, ਗੁਰਬਾਣੀ ਨੂੰ ਵਿਚਾਰਿਆ ਕਰ। ਕਾਹੇ ਰੇ ਮਨ ਚਿੱਤ ਵਹਿ ਉਦਮ,
ਹਰ ਵੇਲੇ ਇਹ ਚਿਤਵਣ ਵੀ ਨਾ ਲੱਗੀ ਰਵੇ, ਘਰ ਵਿੱਚ ਸਭ ਕੁਝ ਹੈ ਫਿਰ ਵੀ ਤੂੰ ਉਸੇ ਉਦਮ ਚ ਲੱਗਾ ਹੋਇਆ ਹੈ। ਸਿਮਰਨ ਭੁੱਲ ਗਿਆ, ਗੁਰੂ ਘਰ ਭੁੱਲ ਗਿਆ, ਇੱਕੋ ਹੀ ਬਹਾਨਾ ਹੈ ਤੇਰੇ ਕੋਲ, ਰੋਜੀ ਰੋਟੀ ਕਿਵੇਂ ਚੱਲੇਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਤੁਸੀਂ ਆਪ ਪੜ੍ਹ ਲੈਣਾ, 495 ਅੰਗ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ, ਜਾਂ ਰਹਿਰਾਸ ਸਾਹਿਬ ਜੀ ਦਾ ਪਾਠ ਜਿਹੜਾ ਹੈ ਉਥੋਂ ਲੈ ਲੈਣਾ। ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ, ਅਕਾਲ ਪੁਰਖ ਵਾਹਿਗੁਰੂ ਜੀ ਨੇ ਤੇਰਾ ਆਹਾਰ ਜਿਹੜਾ ਹੈ ਉਹ ਲਿਖ ਕੇ ਭੇਜਿਆ ਹੈ, ਤੇਰਾ ਦਾਣਾ ਪਾਣੀ ਪ੍ਰਸ਼ਾਦਾ ਪਾਣੀ ਜੋ ਜੋ ਤੂੰ ਖਾਣਾ ਹੈ ਉਹ ਦੇ ਕੇ ਭੇਜਿਆ ਹੈ ਸਾਰਿਆਂ ਜੀਆਂ ਨੂੰ। ਪਹਿਲੋਂ ਦੇ ਤੈ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜੰਤੋ ਪਾਹਾ, ਜਨਮ ਪਿੱਛੋਂ ਹੁੰਦਾ ਹੈ ਭੋਜਨ, ਵਾਹਿਗੁਰੂ ਜੀ ਪਹਿਲੇ ਦੇ ਕੇ ਭੇਜਦੇ ਹਨ, ਤੋਰਦੇ ਹਨ। ਜੈਸਾ ਜੈਸਾ ਕਿਸੇ ਦਾ ਜਨਮ ਹੈ ਉਹਨਾਂ ਨੂੰ ਉਹ ਭੋਜਨ ਮਿਲ ਵੀ ਜਾਂਦਾ ਹੈ। ਨਿੱਕੇ ਨਿੱਕੇ ਬੱਚਿਆਂ ਨੂੰ ਦੁੱਧ ਮਿਲ ਜਾਂਦਾ ਹੈ, ਮਾਂ ਦੁੱਧ ਦਿੰਦੀ ਹੈ, ਪ੍ਰਸ਼ਾਦਾ ਪਕਾਉਂਦੀ ਹੈ, ਕੰਮ ਕਾਰ ਕਰਦੀ ਹੈ, ਪਰ ਉਹਦਾ ਧਿਆਨ ਆਪਣੇ ਬੱਚੇ ਬੱਚੀ ਵਿੱਚ ਹੈ, ਕਿਤੇ ਦੁੱਧ ਤੋਂ ਭੁੱਖਾ ਤੇ ਨਹੀਂ। ਉਹ ਕੌਣ ਹਨ ਚਿੰਤਾ ਕਰਨ ਵਾਲੇ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਉਹ ਮਾਂ ਦੇ ਰੂਪ ਵਿੱਚ ਕਰਤਾ ਪੁਰਖ ਵਾਹਿਗੁਰੂ ਜੀ ਆਪ ਹੀ ਤੇਰੀ ਪ੍ਰਤਪਾਲਣਾ ਕਰ ਰਹੇ ਹਨ। ਜਿਸ ਨੇ ਤੈਨੂੰ ਮਾਂ ਪਿਓ ਦਿੱਤੇ ਹਨ, ਜਿਨ ਦੀਏ ਤੁਧ ਬਾਪ ਮਹਤਾਰੀ, ਬਿਹਾਰ ਦੀ ਬੋਲੀ ਹੈ, ਕਈ ਬੋਲੀਆਂ ਹਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਨਾ ਚਿੰਤਾ ਕਰਿਆ ਕਰ, ਨਾਮ ਜਪਿਆ ਕਰ, ਗੁਰਬਾਣੀ ਪੜਿਆ ਕਰ, ਗੁਰਬਾਣੀ ਤੈਨੂੰ ਚਾਨਣਾ ਦੇਵੇਗੀ। ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗ ਮਹਿ ਚਾਨਣ। ਹੁਣ ਫਰਮਾਉਂਦੇ ਹਨ ਤੇਰੇ ਕੋਲ ਤੇ ਕਿੰਨਾ ਹੀ ਭੋਜਨ ਹੈ, ਜਿਹੜਾ ਸੈਲ ਪੱਥਰ ਹੈ ਉਹਦੇ ਵਿੱਚ ਕੋਈ ਰਾਹ ਨਹੀਂ, ਜਿਹੜਾ ਜੀ ਉਸ ਪੱਥਰ ਦੇ ਵਿੱਚ ਵੱਸਦਾ ਹੈ ਵਾਹਿਗੁਰੂ ਉਸ ਨੂੰ ਵੀ ਭੋਜਨ ਦੇ ਰਹੇ ਹਨ, ਉਸ ਨੂੰ ਵੀ ਜੋ ਉਹਦਾ ਆਹਾਰ ਹੈ ਉਹ ਪਹੁੰਚਾ ਰਹੇ ਹਨ। ਸੈਲ ਪੱਥਰ ਮੈਂ, ਸਾਰੇ ਪਾਸਿਆਂ ਤੋਂ ਪੱਥਰ ਬੰਦ ਹੈ, ਕੋਈ ਰਾਹ ਨਹੀਂ, ਪੱਥਰਾਂ ਦੇ ਵਿੱਚ ਜਿਹੜਾ ਜੀ ਹੈ ਜੀ ਰਹਿ ਰਹੇ ਹਨ, ਜੰਤ ਵਾਹਿਗੁਰੂ ਜੀ ਨੇ ਪੱਥਰਾਂ ਦੇ ਵਿੱਚ ਵੀ ਪੈਦਾ ਕੀਤੇ ਹਨ। ਸੈਲ ਪੱਥਰ ਮਹਿ ਉਪਾਏ, ਉਪਾਏ ਪੈਦਾ ਕੀਤੇ ਹਨ ਪੱਥਰਾਂ ਦੇ ਵਿੱਚ ਵੀ ਜੀ ਜੰਤ ਹਨ, ਕੋਈ ਰਾਹ ਨਹੀਂ ਜਾਂਦਾ ਪੱਥਰ ਵਿੱਚ, ਪਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਤਾ ਨਹੀਂ ਕਿਵੇਂ ਸੈਲ ਪੱਥਰ ਦੇ ਵਿੱਚ ਵੀ ਉਸ ਜੰਤ ਨੂੰ ਉਹਦਾ ਰਿਜਕ ਉਹਦੇ ਅੱਗੇ ਰੱਖ ਦਿੱਤਾ ਹੈ। ਸੈਲ ਪੱਥਰ ਮਹਿ ਜੰਤ ਉਪਾਏ, ਰਿਜਕ ਰਿਜਕ ਰੋਟੀ ਨੂੰ ਕਹਿੰਦੇ ਨੇ, ਪ੍ਰਸ਼ਾਦੇ ਨੂੰ। ਆਗੇ ਕਰ ਧਰਿਆ, ਕਈ ਵਾਰੀ ਪੱਥਰ ਤੋੜੋ ਉਹਨਾਂ ਦੇ ਮੂੰਹ ਦੇ ਵਿੱਚ ਵੀ ਉਹਨਾਂ ਦਾ ਰਿਜਕ ਨਜ਼ਰ ਆਉਂਦਾ ਹੈ, ਗੁਰਬਾਣੀ ਸੱਚੀ ਹੈ ਸੱਚ ਕਹਿ ਰਹੀ ਹੈ।
ਜਿਹੜੇ ਜਿਹੜੇ ਮਾਧੋ ਦੀ ਸੰਗਤ ਵਿੱਚ ਰਲ ਜਾਂਦੇ ਹਨ, ਅਕਾਲ ਪੁਰਖ ਜੀ ਦੀ, ਧੰਨ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ, ਅਕਾਲ ਪੁਰਖ ਜੀ ਦੀ ਸੰਗਤ ਨਾਲ ਮਿਲ ਜਾਂਦੇ ਹਨ, ਮਿਲ ਪੈਂਦੇ ਹਨ, ਉਹ ਤਰ ਜਾਂਦੇ ਹਨ। ਮੇਰੇ ਮਾਧੋ ਜੀ ਮਾਧੋ ਹਮ ਐਸੇ ਤੂੰ ਐਸਾ, ਮਾਧੋ ਸਤ ਸੰਗਤ ਸਰਨ ਤੁਮਾਰੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਮਾਧੋ ਜੀ ਦੀ ਸੰਗਤ ਸਤ ਸੰਗਤ ਵਿੱਚ ਮਿਲ ਜਾਂਦਾ ਹੈ, ਉਹ ਤਰ ਜਾਂਦਾ ਹੈ। ਜਿਵੇਂ ਲੋਹਾ ਤਰ ਜਾਂਦਾ ਹੈ, ਬੇੜੀ ਵਿੱਚ ਰੱਖ ਦਿਓ ਲੋਹਾ, ਉਹ ਸਾਰਾ ਲੰਘ ਜਾਂਦਾ ਹੈ ਲੱਕੜ ਦੀ ਬੇੜੀ ਤੇ। ਵਾਹਿਗੁਰੂ ਜੀ ਦਾ ਨਾਮ, ਅਕਾਲ ਪੁਰਖ ਜੀ ਦੇ ਨਾਮ ਜਪਣ ਵਾਲਿਆਂ ਦੀ ਸੰਗਤ, ਗੁਰਦੁਆਰਾ ਸਾਹਿਬ ਸਾਧ ਸੰਗਤ ਵਿੱਚ ਜਿਹੜਾ ਮਿਲ ਜਾਂਦਾ ਹੈ, ਜਿਹੜਾ ਵਾਹਿਗੁਰੂ ਨਾਮ ਜਹਾਜ਼ ਹੈ ਦੇ ਵਿੱਚ ਬਹਿ ਜਾਂਦਾ ਹੈ ਪਿਆਰੇ, ਉਹ ਤਰ ਜਾਂਦਾ ਹੈ। ਬੰਦਿਆ ਰੋਜ਼ੀ ਦੀ ਚਿੰਤਾ ਨਾ ਕਰਿਆ ਕਰ, ਰੋਜ਼ੀ ਤੇਰੀ ਤੈਨੂੰ ਮਿਲ ਜਾਵੇਗੀ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਤੇਰੇ ਪ੍ਰਸ਼ਾਦੇ ਦੀ ਚਿੰਤਾ ਕਰਤਾ ਪੁਰਖ ਜੀ ਨੂੰ ਹੈ, ਵਾਹਿਗੁਰੂ ਜੀ ਨੂੰ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ, ਗੁਰੂ ਦੀ ਕਿਰਪਾ ਦੁਆਰਾ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੁਆਰਾ ਪਰਮ ਪਦ, ਉੱਚਾ ਪਦ ਪ੍ਰਾਪਤ ਹੋ ਜਾਂਦਾ ਹੈ। ਸੁੱਕੀਆਂ ਲੱਕੜਾਂ ਜਿਹੜੀਆਂ ਹਨ ਉਹ ਵੀ ਹਰੀਆਂ ਹੋ ਜਾਂਦੀਆਂ ਹਨ, ਸੁੱਕੇ ਕਾਸ਼ਟ, ਹਰਿਆ ਕਾਸ਼ਟ ਲੱਕੜ ਨੂੰ ਕਹਿੰਦੇ ਹਨ। ਅੱਜ ਤੱਕ ਧੂਬੜੀ ਸਾਹਿਬ ਜਾਓ, ਜਿੱਥੇ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲ ਧੋਬਣ ਨੇ ਪਿੱਪਲ ਪੁੱਟ ਕੇ ਸੁੱਟਿਆ ਸੀ, ਅੱਜ ਵੀ ਹਰਾ ਭਰਾ ਹੈ, ਸੁੱਕੇ ਕਾਸ਼ਟ ਹਰਿਆ ਕਾਸ਼ਟ ਲੱਕੜ ਨੂੰ ਕਹਿੰਦੇ ਹਨ। ਰਹਾਓ ਮਾਲਕ ਤੇ ਆਸ ਰੱਖਿਆ ਕਰ, ਹੋਰ ਕਿਸੇ ਤੇ ਆਸ ਨਾ ਰੱਖਿਆ ਕਰ, ਉਦਾਸ ਨਾ ਹੋ ਜਾਣਾ। ਹੁਣ ਗੁਰਬਾਣੀ ਦੇ ਜੋ ਹੁਕਮ ਹਨ ਉਹ ਪੜਾਂਗੇ ਤਾਂ ਗਿਆਨ ਪ੍ਰਾਪਤ ਹੁੰਦਾ ਹੈ। ਜਨਨ ਜਨਮ ਦੇਣ ਵਾਲੀ ਮਾਂ, ਪਿਤਾ ਬਿੰਦ ਤੇ ਜਿਨ ਪਿੰਡ ਕੀਆ ਪਿਤਾ, ਲੋਕ ਜਿਹੜੇ ਲੋਕ ਹਨ ਆਲੇ ਦੁਆਲੇ ਘਰ ਦੇ ਰਹਿਣ ਵਾਲੇ, ਪਿੰਡ ਦੇ ਰਹਿਣ ਵਾਲੇ, ਸ਼ਹਿਰ ਦੇ ਰਹਿਣ ਵਾਲੇ, ਸੁੱਤ ਪੁੱਤਰ ਜਿਹੜੇ ਹਨ, ਧੀਆਂ ਜਿਹੜੀਆਂ ਹਨ, ਸੁੱਤ ਬਨਤਾ ਐ ਮਨਾ, ਕੋਈ ਵੀ ਕਿਸੇ ਦਾ ਆਸਰਾ ਨਹੀਂ, ਸਭ ਆਪੋ ਆਪਣੇ ਕਰਮਾਂ ਦਾ ਖਾ ਰਹੇ ਹਨ। ਇਹ ਭੁਲੇਖਾ ਹੈ ਮੈਂ ਖੁਆ ਰਿਹਾ ਹਾਂ। ਬੀਬੀ ਰਜਨੀ ਨੇ ਕਹਿ ਦਿੱਤਾ ਸੀ, ਬੀਬੀ ਰਜਨੀ ਨੇ, ਮੈਂ ਤੇ ਰੱਬ ਦਾ ਦਿੱਤਾ ਖਾਂਦੀ ਹਾਂ ਦੁਨੀ ਚੰਦ ਨੂੰ, ਆਖ ਦਿੱਤਾ ਸੀ ਆਪਣੇ ਪਿਤਾ ਨੂੰ। ਬਾਕੀ ਛੀਆਂ ਨੇ ਕਹਿ ਦਿੱਤਾ ਸੀ, ਐ ਪਿਤਾ ਐ ਡੈਡ, ਅਸੀਂ ਤਾਂ ਤੇਰਾ ਦਿੱਤਾ ਖਾਂਦੀਆਂ ਹਾਂ। ਹਾਂ ਪਰ ਰਜਨੀ ਨੇ ਕਹਿ ਦਿੱਤਾ, ਨਹੀਂ ਮੈਂ ਤੇ ਰੱਬ ਦਾ ਦਿੱਤਾ ਖਾਂਦੀ ਹਾਂ। ਗੁਰਬਾਣੀ ਵੱਲ ਰਵਾਂ, ਕਥਾ ਵਾਰਤਾ ਵੱਲ, ਸਾਖੀਆਂ ਵੱਲ ਨਾ ਜਾਵਾਂ। ਜਨਨ ਜੰਮਣ ਵਾਲੀ ਮਾਂ, ਜਨਨ ਜਨਨੀ ਜਿਹਨੇ ਸਾਨੂੰ ਜਣਿਆ ਹੈ, ਪਿਤਾ ਜਿਹੜਾ ਉਂਗਲ ਫੜ ਕੇ ਲੈ ਜਾਂਦਾ ਹੈ ਪਾਠਸ਼ਾਲਾ ਵਿੱਚ, ਸਕੂਲ ਵਿੱਚ, ਜਾਂ ਗੁਰੂ ਘਰ ਕਿਤੇ ਵੀ ਲੈ ਕੇ ਜਾਂਦਾ ਹੈ, ਬੱਚਾ ਉਂਗਲ ਫੜ ਲੈਂਦਾ ਹੈ, ਬੱਚੀ ਉਂਗਲ ਫੜ ਲੈਂਦੀ ਹੈ, ਲੋਕ ਆਲਾ ਦੁਆਲਾ, ਸੁੱਤ ਬਨਤਾ ਸੁੱਤ ਪੁੱਤਰ, ਧੀਆਂ ਬਨਤਾ, ਜਿੰਨਾ ਵੀ ਇਹ ਕੁਟੰਬ ਹੈ ਪਰਿਵਾਰ ਹੈ, ਕੋਈ ਨ
ਨਾ ਕਿਸ ਕੀ ਧਰਿਆ, ਬਿਨਾ ਵਾਹਿਗੁਰੂ ਤੋਂ ਕੋਈ ਵੀ ਕਿਸੇ ਦਾ ਪਿਆਰਿਓ ਆਸਰਾ ਨਹੀਂ। ਕਿਹਦਾ ਆਸਰਾ ਰੱਖੀਏ? ਰੱਖ ਆਸ ਇੱਕ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗ ਮਹਿ ਚਾਨਣ। ਕੋਈ ਵੀ ਕਿਸੇ ਦਾ ਆਸਰਾ ਨਹੀਂ ਬਿਨਾਂ ਅਕਾਲ ਪੁਰਖ ਜੀ ਤੋਂ। ਜਿੰਨੇ ਵੀ ਜੀ ਜੰਤ ਹਨ, ਅੰਡਜ ਜੇਰਜ ਉਤ ਪੁਜ ਸੇਤਜ, ਉਤ ਪੁਜ ਨੂੰ ਹਵਾ ਮਿਲ ਰਹੀ ਹੈ ਵਾਹਿਗੁਰੂ ਜੀ ਵੱਲੋਂ, ਉਹ ਵੀ ਭੋਜਨ ਹੈ ਉਹਨਾਂ ਦਾ। ਜੇ ਹਵਾ ਨਾ ਆਵੇ, ਜਲ ਨਾ ਮਿਲੇ, ਉਤ ਪੁਜ ਵੀ ਸੁੱਕ ਜਾਂਦੀ ਹੈ, ਪਰ ਮਾਲਕ ਦੇ ਦਿੰਦੇ ਹਨ। ਆਂਡਿਆਂ ਤੋਂ ਜੇਰ ਤੋਂ, ਅਸੀਂ ਜੇਰ ਤੋਂ ਹਾਂ, ਜਿਹੜੇ ਮਨੁੱਖ ਹਾਂ, ਮਾਨਸ ਹਾਂ। ਉਤ ਪੁਜ ਫਲ ਬੂਟੇ ਦਰਖਤ ਪੂਰਾ ਜੰਗਲ, ਉਹਨੂੰ ਵੀ ਖਾਣ ਨੂੰ ਚਾਹੀਦੀ ਹੈ ਹਵਾ। ਜਿੰਨੇ ਵੀ ਦਰਖਤ ਹਨ, ਹਵਾ ਫੱਕਦੇ ਹਨ, ਵਾਹਿਗੁਰੂ ਦੇ ਦਿੰਦੇ ਹਨ। ਸੇਤਜ ਮੈਲੇ ਕੁਚਾਲੇ ਜੀਵਾਂ ਨੂੰ ਵੀ ਭੋਜਨ ਮਿਲ ਰਿਹਾ ਹੈ। ਇਹ ਬੰਦਿਆ ਸਾਰਿਆਂ ਵੱਲ ਤੱਕ ਕੋਈ ਭੁੱਖਾ ਨਹੀਂ ਰਹਿੰਦਾ, ਮਾਲਕ ਸਭ ਨੂੰ ਰਿਜਕ ਦੇ ਰਹੇ ਹਨ। ਸਿਰ ਸਿਰ ਜਿਵੇਂ ਜਿਵੇਂ ਸਾਜਿਆ ਹੈ, ਤਿਵੇਂ ਤਿਵੇਂ ਸਭ ਦਾ ਰਿਜਕ ਸਭ ਨੂੰ ਦੇ ਕੇ ਭੇਜਿਆ ਹੈ। ਸਿਰ ਸਿਰ ਸਭਨਾ ਦੇ ਮਸਤਕ ਵਿੱਚ ਲਿਖਿਆ ਹੋਇਆ ਹੈ। ਮਾਥੇ ਜੋ ਤੁਰ ਲਿਖਿਆ, ਸੋ ਮੇਟ ਨਾ ਸਕੇ ਕੋਏ। ਕੋਈ ਖੋ ਨਹੀਂ ਸਕਦਾ ਤੇਰਾ ਰਿਜਕ, ਤੇਰਾ ਪ੍ਰਸ਼ਾਦਾ, ਤੇਰਾ ਲੰਗਰ। ਕਿਉਂ ਤੂੰ ਚਿੰਤਾ ਕਰਦਾ ਹੈ? ਨਾ ਕਰ ਚਿੰਤ, ਚਿੰਤਾ ਹੈ ਕਰਤੇ। ਸਿਰ ਸਿਰ ਰਿਜਕ ਸੰਭਾਹੇ, ਸੰਭਾਹੇ ਸਾਰਿਆਂ ਦਾ ਰਿਜਕ ਵਾਹਿਗੁਰੂ ਜੀ ਨੇ ਦੇ ਕੇ ਭੇਜਿਆ ਹੈ, ਮਿਲ ਰਿਹਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਸੰਭਾਹੇ ਸਾਰਿਆਂ ਦੇ ਕੋਲ। ਕਾਹੇ ਮਨ ਐ ਮੇਰੇ ਮਨਾ ਕਿਉਂ ਡਰਦਾ ਹੈ? ਕਾਹੇ ਮਨ ਭਉ ਕਰਿਆ, ਨਾ ਭਉ ਕਰ ਨਾ ਡਰ ਰਹਿ। ਰੱਖ ਮਨ ਵਿੱਚ, ਵਾਹਿਗੁਰੂ ਰੋਜੀ ਦੇ ਦੇਣਗੇ, ਭੁੱਖਾ ਨਹੀਂ ਮਰਦਾ ਤੂੰ। ਭੁੱਖਾ ਭੁੱਖਾ ਮਤ ਕਰ ਹੈ ਆਪਣੇ ਆਪ ਨੂੰ, ਹਰ ਵੇਲੇ ਨਾ ਕਿਆ ਕਰ ਮੈਂ ਭੁੱਖਾ ਹਾਂ। ਕੂੰਜਾਂ ਵੱਲ ਦੇਖ, ਛੇ ਛੇ ਮਹੀਨੇ ਆਪਣੇ ਬੱਚੇ ਛੱਡ ਕੇ ਆ ਜਾਂਦੀਆਂ ਹਨ, ਪਰ ਧਿਆਨ ਰੱਖਦੀਆਂ ਹਨ ਉਹਨਾਂ ਬੱਚਿਆਂ ਵੱਲ ਕਿ ਵਾਹਿਗੁਰੂ ਉਹਨਾਂ ਦਾ ਤੂੰ ਹੀ ਰਖਵਾਲਾ ਹੈ। ਉਡੇ ਉਡਿਆ ਵੈ ਸੈ ਕੋ ਸਾ ਸੋ ਸੋ ਕੋ, ਉੱਡ ਕੇ ਆ ਜਾਂਦੀਆਂ ਛੇ ਛੇ ਮਹੀਨੇ ਵਾਸਤੇ। ਤੇ ਸਪਾਛੇ ਬਚਰੇ ਛਰਿਆ, ਪਿੱਛੇ ਉਹਨਾਂ ਦੇ ਬੱਚੇ ਹਨ, ਕੌਣ ਰਖਵਾਲਾ ਹੈ ਉਹਨਾਂ ਦਾ? ਉਹ ਅਰਦਾਸ ਕਰਦੀਆਂ ਹਨ, ਵਾਹਿਗੁਰੂ ਨੇ ਉਹਨਾਂ ਦੇ ਬੱਚਿਆਂ ਨੂੰ ਪਾਲ ਦਿੰਦੇ ਹਨ। ਐ ਮਨਾ ਤੂੰ ਸੋਚ, ਉਹਨ ਕਵਨ ਖਲਾਵੇ ਕਵਨ ਚੁਗਾਵੇ, ਉਹਨਾਂ ਨੂੰ ਕੌਣ ਖਵਾਉਂਦਾ ਹੈ, ਕੌਣ ਚੋਗਾ ਚੁਗਾਉਂਦਾ ਹੈ? ਸਿਰਫ ਜਿਨ੍ਹਾਂ ਦੇ ਬੱਚੇ ਹਨ, ਮਨ ਵਿੱਚ ਸਿਮਰਨ ਕਰਦੀਆਂ ਹਨ, ਮਾਲਕ ਸਾਡੇ ਬੱਚਿਆਂ ਦੀ ਰੱਖਿਆ ਕਰਨੀ, ਵਾਹਿਗੁਰੂ ਆਪ ਹੀ ਉਹਨਾਂ ਦੀ ਰੱਖਿਆ ਕਰਦੇ ਹਨ। ਉਹਨ ਕਵਨ ਖਲਾਵੇ ਕਵਨ ਚੁਗਾਵੇ, ਮਨ ਮਹਿ ਸਿਮਰਨ ਕਰਿਆ, ਸਿਮਰਨ ਕਰਦੀਆਂ ਹਨ ਵਾਹਿਗੁਰੂ ਜੀ ਦਾ। ਵਾਹਿਗੁਰੂ ਆਪੇ ਸੰਭਾਲ ਲੈਂਦੇ ਹਨ, ਸਭਨਾ ਤਾਂ ਮਾਂ ਪਿਓ ਆਪ ਹੈ, ਆਪੇ ਸਾਰ ਕਰੇ।
ਕੋਈ ਯਾਦ ਕਰੇ ਅਕਾਲ ਪੁਰਖ ਜੀ ਨੂੰ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ, ਬਾਜਾਂ ਵਾਲੇ ਸਤਿਗੁਰੂ ਜੀ ਨੂੰ, ਸਭ ਨਿਧਾਨ ਸਾਰੇ ਖਜ਼ਾਨਿਆਂ ਦੀ ਬਖਸ਼ਿਸ਼ ਹੋ ਜਾਂਦੀ ਹੈ। ਦਸ ਅਸ਼ਟ ਸਿਧਾਨ, ਦਸ ਤੇ ਅੱਠ, 18 ਸਿੱਧੀਆਂ ਵੀ ਮਿਲ ਜਾਂਦੀਆਂ ਹਨ। ਦਸ ਅਸ਼ਟ, ਦਸ ਟੈਨ, ਅਸ਼ਟ ਏਟ, ਦਸ ਤੇ ਅੱਠ 18, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਸਾਏ। ਇਹ ਰਿੱਧੀਆਂ ਸਿੱਧੀਆਂ ਆ ਚਰਣਾ ਵਿੱਚ ਪੈਂਦੀਆਂ ਹਨ। ਤੂੰ ਨਾਮ ਜਪਿਆ ਕਰ, ਰੋਜੀ ਰੋਟੀ ਦੀ ਚਿੰਤਾ ਮਾਲਕ ਨੂੰ ਹੈ। ਸਭ ਨਿਧਾਨ ਖਜ਼ਾਨੇ, ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਮਾਲਕ ਤਲੀ ਤੇ ਰੱਖ ਦਿੰਦੇ ਹਨ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨ ਪਾਰਾ ਵਰਿਆ। ਵਾਹਿਗੁਰੂ ਜੀ, ਤੁਹਾਡਾ ਕੋਈ ਅੰਤ ਪਾਰਾ ਵਾਰ ਨਹੀਂ ਪਾ ਸਕਦਾ ਪਿਆਰਿਓ। ਨਾਮ ਜਪੋ, ਸਤਿਗੁਰੂ ਜੀ ਹੁਕਮ ਕਰਦੇ ਹਨ, ਰੋਜ਼ੀ ਦੀ ਚਿੰਤਾ ਨਾ ਕਰੋ। ਰੁੱਖ ਰੋਹਨ ਕੀ ਰੋਜੀ ਨ ਟਾਰੇ, ਰੁੱਖ ਰੋਹਨ ਕੀ ਰੋਜੀ ਨ ਟਾਰੇ। ਬਗਿਆੜ ਆਦਿ ਦੇ ਦੰਦਾਂ ਵਿੱਚ ਜਿਹੜੇ ਜੀ ਹਨ, ਉਹਨਾਂ ਦੀ ਵੀ ਰੋਜੀ ਮਾਲਕ ਨਹੀਂ ਟਾਲਦੇ, ਉਹਨਾਂ ਨੂੰ ਉੱਥੇ ਬੈਠਿਆਂ ਨੂੰ ਰੋਜੀ ਦੇ ਦਿੰਦੇ ਹਨ, ਭਾਵੇਂ ਉਹਨਾਂ ਦੀ ਰੋਜੀ ਮਾਸ ਹੈ। ਰੁੱਖ ਰੋਹਨ ਕੀ ਰੋਜੀ ਨ ਟਾਰੇ, ਆਪ ਪੜਿਆ ਕਰੋ। ਗੁਰਬਾਣੀ ਇਸ ਜਗ ਮਹਿ ਚਾਨਣ, ਗੁਰਬਾਣੀ ਇਸ ਜਗ ਮਹਿ ਚਾਨਣ, ਗੁਰ ਕੀ ਬਾਣੀ ਜਿਸ ਮਨ ਵਸੈ, ਦੁਖ ਦਰਦ ਸਭ ਤਾਤਾ ਨਸੈ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰਬਾਣੀ ਇਸ ਜਗ ਮਹਿ ਚਾਨਣ, ਅੱਜ ਦੀ ਕਥਾ ਇੱਥੇ ਸਮਾਪਤ ਹੈ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ, ਧੰਨ ਧੰਨ ਸਾਹਿਬ ਸਤਿਗੁਰੂ ਜੀ। ਗੁਰੂ ਗ੍ਰੰਥ ਸਾਹਿਬ ਦਾ ਤਾਰ ਪਾਤਸ਼ਾਹ ਜੀ ਉਦਾਸ ਦਿਲਬਾਗ ਸਿੰਘ ਪਾਸੋਂ ਪਵਿੱਤਰ ਪਾਵਨ ਗੁਰਬਾਣੀ ਪੜ੍ਹਦਿਆਂ ਕਥਾ ਕਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਸਤਿਗੁਰੂ ਜੀ, ਮੈਂ ਭੁੱਲ ਜਾਂਦਾ ਹਾਂ, ਖਿਮਾ ਕਰ ਦਿਓ। ਅੱਗੇ ਤੋਂ ਸਮੱਤੀ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰੋ ਜੀ। ਸੁਧ ਗੁਰਬਾਣੀ ਪੜ੍ਹਨ ਦਾ ਬਲ, ਬੁੱਧ ਸਮਰੱਥਾ ਦਰੋਂ ਕਰੋ, ਬਖਸ਼ਿਸ਼ ਕਰ ਦੇਣ ਦੀ ਕਿਰਪਾ ਕਰੋ। ਆਪ ਕਿਰਪਾ ਨਿਧਾਨ ਹੋ, ਸਭਨਾ ਤੇ ਕਿਰਪਾ ਕਰਨ ਵਾਲੇ ਹੋ, ਸਭਨਾ ਤੇ ਕਿਰਪਾ ਕਰ ਦਿੰਦੇ ਹੋ, ਮੇਰੇ ਤੇ ਵੀ ਕਿਰਪਾ ਕਰ ਦੇਣ ਦੀ ਕਿਰਪਾਲਤਾ ਕਰੋ ਜੀ। ਜਿਨ੍ਹਾਂ ਸੰਗਤਾਂ ਨੇ ਕਥਾ ਸਰਵਣ ਕੀਤੀ ਹੈ, ਗੁਰਬਾਣੀ ਸਰਵਣ ਕੀਤੀ ਹੈ, ਉਹ ਗੁਰਬਾਣੀ ਜਿਹੜੀ ਰਹਿਰਾਸ ਸਾਹਿਬ ਜੀ ਦੇ ਵਿੱਚ ਰੋਜ਼ ਪੜ੍ਹਦੇ ਹਾਂ, ਆਪ ਸਾਧ ਸੰਗਤ ਰੱਬ ਦਾ ਰੂਪ ਹੋ, ਗੁਰੂ ਦਾ ਰੂਪ ਹੋ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਆਪ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰੋ। ਕਈ ਭੁੱਲਾਂ ਹੋ ਜਾਂਦੀਆਂ ਹਨ ਗੁਰਬਾਣੀ ਪੜ੍ਹਨ ਲੱਗਿਆਂ। ਜੀਭਾ ਦੀ ਡੋਰੀ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ, ਪ੍ਰਭ ਡੋਰੀ ਹੱਥ ਤੋਂ ਮਾਰੇ। ਇਹ ਜਿੰਨੀ ਵੀ ਸੇਵਾ ਹੈ ਯੂਟਿਊਬ ਵਾਲੇ ਕਰ ਰਹੇ ਹਨ, ਜਿੰਨੇ ਵੀ ਵਰਕਰ ਹਨ, ਕੰਮ ਕਰ ਰਹੇ ਹਨ, ਸੇਵਾ ਕਰ ਰਹੇ ਹਨ, ਜਿਨ੍ਹਾਂ ਦੀ ਵੀ ਯੂਟਿਊਬ ਹੈ, ਆ ਜਿਹੜੀ ਸਾਈਡ ਹੈ ਗੁਰਬਾਣੀ ਵਾਲੀ, ਇਹ ਜਿਹੜੀਆਂ ਪੌੜੀਆਂ ਰੱਬ ਵੱਲ ਜਾ ਰਹੀਆਂ ਹਨ, ਵਾਹਿਗੁਰੂ ਜੀ ਵੱਲ ਜਾ ਰਹੀਆਂ ਹਨ, ਇਹ ਤਰਾਹੇ ਪੱਤ ਪਵੜੀਆਂ ਚੜੀਏ ਹੋਏ 21, ਜਿਹੜੇ ਜਿਹੜੇ ਮਨ
ਇਸ ਪਵਿੱਤਰ ਪਾਵਨ ਗੁਰਬਾਣੀ ਨੂੰ ਸੁਣਦੇ ਹਨ ਉਹਨਾਂ ਦਾ ਭਲਾ ਹੋ ਜਾਂਦਾ ਹੈ। ਇਹ ਸਾਰੀ ਸੇਵਾ ਦਾ ਫਲ ਧੰਨ 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 ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਯੂਟਿਊਬ ਵਾਲਿਆਂ ਨੂੰ ਬਖਸ਼ਿਸ਼ ਕਰ ਦੇਣ ਦੀ ਕਿਰਪਾਲਤਾ ਕਰਨੀ। ਆਹ ਜਿਹੜੀ ਸਾਈਟ ਹੈ ਯੂਟਿਊਬ ਦੀ ਗੁਰਬਾਣੀ ਵਾਲੀ, ਬਾਬਾ ਜੀ, ਸਤਿਗੁਰੂ ਜੀ, ਅਕਾਲ ਪੁਰਖ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਇਸ ਸਾਈਡ ਤੇ ਸਦਾ ਆਪਣਾ ਮੇਰ ਭਰਿਆ ਹੱਥ ਰੱਖਣਾ। ਕਦੀ ਤੂੰ ਕੋਈ ਭੁੱਲਾ ਭਟਕਾ ਮਨ ਕੰਮਾਂ ਤੋਂ ਥੱਕਾ ਟੁੱਟਾ ਜਾ ਕੇ ਯੂਟਿਊਬ ਖੋਲੇਗਾ, ਕੋਈ ਨਾ ਕੋਈ ਸ਼ਬਦ ਗੁਰਬਾਣੀ ਦਾ ਮਨ ਵਿੱਚ ਵਸ ਜਾਵੇਗਾ, ਉਸ ਮਨ ਦਾ ਭਲਾ ਹੋ ਜਾਵੇਗਾ। ਜੇ ਮਨ ਦਾ ਭਲਾ ਹੋ ਗਿਆ ਤਨ ਦਾ ਵੀ ਹੋ ਜਾਵੇਗਾ। ਭਾਵੇਂ ਤਨ ਨੇ ਦੁਨੀਆਂ ਵਿੱਚ ਰਹਿਣਾ ਹੈ, ਇੱਥੇ ਹੀ ਜਲ ਜਾਣਾ ਹੈ, ਪਰ ਫਿਰ ਵੀ ਭਲਾ ਹੋ ਜਾਵੇਗਾ। ਫਿਰ ਵੀ ਕੋਈ ਨਹੀਂ ਪੁੱਛੇਗਾ ਇਹ ਸਰੀਰ ਆ ਮੇਰਿਆ, ਇਸ ਜਗ ਮੈਂ ਆ ਕੇ ਕਿਆ ਤੁਧ ਕਰਮ ਕਮਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ ਦੇਣਗੇ, ਕਿਰਪਾ ਕਰ ਦੇਣਗੇ। ਚਲੇ ਜਾਇਆ ਕਰੋ ਯੂਟਿਊਬ ਤੇ, ਲਿਖ ਦਿਆ ਕਰੋ ਗੁਰਬਾਣੀ ਵਿਚਾਰ ਲੀਡਸ, LEEDS, ਲੀਡਸ ਜ਼ਰੂਰ ਲਿਖਿਆ ਕਰੋ ਪਿਆਰਿਓ, ਆਨੰਦ ਮਾਣਿਆ ਕਰੋ। ਐਵਰੀ ਵੇਅਰ ਹਰ ਪਾਸੇ ਗੁਰਬਾਣੀ ਹੀ ਗੁਰਬਾਣੀ ਹੈ। ਗੁਰਬਾਣੀ ਇਸ ਜਗ ਮੈਂ ਜਾਣਨ, ਗੁਰਬਾਣੀ ਇਸ ਜਗ ਮੈਂ ਜਾਣਨ, ਗੁਰਬਾਣੀ ਇਸ ਜਗ ਮੈਂ ਜਾਣਨ। ਦਾਸ ਵੱਲੋਂ ਬੇਨਤੀ ਹੈ, ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਦਾਸ ਦਾ ਵੀ ਹੌਸਲਾ ਵੱਧ ਜਾਂਦਾ ਹੈ। ਸੱਚ ਮੁੱਚ ਕਿਤਨੀ ਸੰਗਤ ਪਿਆਰ ਕਰ ਰਹੀ ਹੈ ਗੁਰਬਾਣੀ ਦੇ ਨਾਲ। ਇਹ ਗੁਰਬਾਣੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਹੈ। ਇਸ ਵੇਲੇ ਜਿਹੜੇ ਸਾਡੇ ਸਤਿਗੁਰੂ ਜੀ ਹਨ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਹੈ। ਮਨ ਪ੍ਰਸੰਨ ਹੋ ਜਾਂਦਾ ਹੈ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ। ਹੋਰ ਮਨ ਕਹਿੰਦਾ ਹੈ ਹੋਰ ਮਨਾ ਗੁਰਬਾਣੀ ਪੜ, ਤੁਸਾਂ ਮਨ ਗੁਰਬਾਣੀ ਨਾਲ ਜੋੜਨਾ ਹੈ, ਗੁਰੂ ਦੀ ਮੂਰਤ ਨਾਲ ਜੋੜਨਾ ਹੈ। ਗੁਰ ਕੀ ਮੂਰਤ ਮਨ ਮਹਿ ਧਿਆਨ, ਹੋਰ ਕਿਸੇ ਮੂਰਤ ਵੱਲ ਮਨ ਨਹੀਂ ਜੋੜਨਾ, ਤੁਹਾਡਾ ਮਨ ਸ਼ਬਦ ਨਾਲ ਜੁੜਿਆ ਹੋਵੇ। ਗੁਰ ਕੈ ਸ਼ਬਦ ਮੰਤਰ ਮਨ ਮਾਨ, ਇਹ ਗੁਰਬਾਣੀ ਜਿਹੜੀ ਹੈ ਮਹਾਂਪੁਰਖਾਂ ਦਾ, ਸਤਿਗੁਰਾਂ ਦਾ ਮੰਤਰ ਹੈ। ਇਹ ਬਾਣੀ ਜੋ ਜਿਉਂ ਜਾਣੇ ਤੇ ਸੰਤਰ ਰਵੇ ਹਰਨਾਮਾ, ਜਿਹੜਾ ਦਿਲੋਂ ਪੜ੍ਹਦਾ ਹੈ, ਦਿਲੋਂ ਸੁਣਦਾ ਹੈ, ਉਹਦੇ ਅੰਦਰ ਨਾਮ ਵਸਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।